ਸਤਿ ਸ਼੍ਰੀ ਅਕਾਲ ਦੋਸਤੋ, ਫੇਮਸ ਪੰਜਾਬ ਟੀਵੀ ਨੂੰ ਤੁਸੀਂ ਦੇਖ ਰਹੇ ਹੋ ਜੀ। ਔਰ ਅੱਜ ਅਸੀਂ ਗੁਰਬਾਜ਼ ਔਰ ਪਵੀ ਜੀ ਕੋਲ ਆਏ ਹੋਏ ਹਾਂ। ਸੋ ਇੰਸਟਾਗ੍ਰਾਮ ਦੀ ਬਹੁਤ ਕਮਾਲ ਦੀ ਜੋੜੀ ਹੈ ਇਹ। ਆਪਾਂ ਅੱਜ ਇੰਟਰਵਿਊ ਕੀਤੀ ਹੈ ਕਿ ਬਹੁਤ ਸੋਹਣੀ, ਔਰ ਹੈ ਨਾ ਅੱਜ ਜੋੜੀ ਨੂੰ ਮਿਲਿਆ ਅਤੇ ਬਹੁਤ ਵਧੀਆ ਲੱਗਿਆ। ਭਾਅ ਜੀ ਕਿਵੇਂ ਹੋ ਤੁਸੀਂ? ਬਹੁਤ ਵਧੀਆ ਭਾਅ ਜੀ, ਤੁਸੀਂ ਦੱਸੋ ਜੀ। ਜਿੱਦੀ ਕਿਵੇਂ ਹੋ ਤੁਸੀਂ? ਠੀਕ ਹੋ? ਰਾਈਟ। ਸੋ ਕਿਵੇਂ ਲੱਗ ਰਿਹਾ ਹੈ ਨਾ, ਤੁਸੀਂ ਸੋਸ਼ਲ ਮੀਡੀਆ 'ਤੇ ਛਾਏ ਪਏ ਹੋ ਹੈ ਨਾ, ਕਦੇ ਦਲਜੀਤ ਦੋਸਾਂਝ ਦੀ ਸਟੋਰੀ 'ਤੇ, ਕਦੇ ਨਿਮਰਤ ਖਹਿਰਾ ਦੀ ਸਟੋਰੀ 'ਤੇ, ਹੈ ਨਾ? ਕਿਵੇਂ ਲੱਗਦਾ ਹੈ ਸਾਰੀਆਂ ਚੀਜ਼ਾਂ ਦੇਖ ਕੇ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਘੈਂਟ। ਰਾਈਟ ਸਰ, ਭਾਅ ਜੀ ਕੀ ਕਹਿਣਾ ਚਾਹੋਗੇ ਜੀ? ਲੱਗ ਰਿਹਾ ਸ਼ੁਰੂਆਤ ਸੋਹਣੀ ਹੋ ਰਹੀ ਹੈ, ਸਭ ਪਿਆਰ ਕਰ ਰਹੇ ਹੈ ਨਾ। ਹਾਂ, ਸੋ ਹੋਪ ਹੈ ਵੀ ਇੱਦਾਂ ਚੱਲਦਾ ਰਹੂਗਾ, ਬਹੁਤ ਸੋਹਣਾ ਚੱਲਦਾ ਹੈ ਫਿਲਹਾਲ। ਰਾਈਟ। ਸੋ ਇਹ ਕਿਚਨ ਉਹੀ ਹੈ ਨਾ, ਇਤਿਹਾਸਿਕ ਮਾਤਾ ਜੀ ਨੇ ਇੱਥੇ। ਮਾਤਾ ਜੀ ਸਤਿ ਸ਼੍ਰੀ ਅਕਾਲ, ਬਤਾ ਦਿਓ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਇਹ ਸਾਡੀ ਮੰਮੀ ਨੇ। ਹਾਂਜੀ। ਸੋ ਇੱਥੇ ਹੀ ਬਣਾਈ ਸੀ ਵੀਡੀਓ ਭਾਈ? ਉਹ ਇੱਥੇ ਹੀ ਬਣਾਈ ਸੀ, ਮਿਲਣੇ ਵਾਲੀ। ਹਾਂ, ਇੱਥੇ ਬਣਾਈ ਸੀ। ਇੱਥੇ ਹੁੰਦੀ ਹੈ ਕੁਝ ਵੀਡੀਓ, ਇੱਥੇ ਕੁਝ ਇੱਧਰ। ਕੀ ਬਾਤ ਹੈ। ਹਾਂਜੀ ਹਾਂਜੀ। ਅੱਛਾ, ਮੈਂ ਜਾਣਨਾ ਚਾਹੁੰਦਾ ਆ ਭਾਅ ਜੀ ਨੂੰ ਕੀ ਫੇਵਰੇਟ, ਮਤਲਬ ਖਾਣ ਦੇ ਵਿੱਚ ਕੀ ਪਸੰਦ ਆ ਜੋ ਤੁਸੀਂ ਆਪਣੇ ਹੱਥ ਨਾਲ ਖਵਾਉਂਦੇ ਹੋ? ਮੈਂ ਤਾਂ ਫਿਲਹਾਲ ਕੁਝ ਵੀ ਨਹੀਂ ਬਣਾ ਕੇ ਖਾਂਦੀ। ਐਸਾ ਗੱਲਾਂ ਹੀ ਨਹੀਂ ਫਿਲਹਾਲ, ਬਾਕੀ ਦੇਖਦੇ ਆ। ਬਾਕੀ ਉਹ ਤਾਂ ਬਾਹਰੋਂ ਖਾਂਦਾ ਜ਼ਿਆਦਾ ਇਹਨਾਂ ਨੂੰ। ਕੀ ਬਾਤ ਹੈ ਭਾਅ ਜੀ, ਤੁਹਾਨੂੰ ਆ ਕੇ ਉਹ ਆਪਣਾ ਦੱਸ ਰਹੇ ਆ? ਮੈਨੂੰ ਤਾਂ ਬਹੁਤ ਜ਼ਿਆਦਾ ਬਾਹਰ ਦਾ ਖਾ ਕੇ ਰਾਜੀ ਪਾ। ਹੈ? ਜ਼ਿਆਦਾ ਬਾਹਰ ਦੀ ਖਾ ਕੇ ਰਾਜੀ ਆ ਦੋਨੋਂ। ਤੁਸੀਂ ਕੀ ਉਹ ਜੀ? ਇਹ ਜ਼ਿਆਦਾ ਨਹੀਂ। ਮੇਰਾ ਬੇਟੇ ਜਿਆਦਾ ਖਾ ਕੇ ਬਾਹਰ ਦਾ ਪਸੰਦ ਕਰਦਾ ਜੀ। ਬਹੁਤ ਚੰਗਾ ਲੱਗਿਆ ਮਾਤਾ ਜੀ ਤੁਹਾਡੇ ਘਰੇ ਆ ਕੇ, ਜਿਹੜੇ ਤੁਸੀਂ ਸਾਨੂੰ ਸਮੋਸੇ ਖਵਾਏ ਨੇ ਹੈ ਨਾ, ਸੋ ਬਹੁਤ ਸਵਾਦ ਸੀਗੇ ਉਹ ਜੀ, ਬਹੁਤ ਚੰਗਾ ਲੱਗਿਆ। ਸੋ ਮੈਨੂੰ ਲੱਗਦਾ ਕਿ ਕੁਛ ਸੁਣਨਾ ਚਾਹੀਦਾ ਆਪਾਂ ਨੂੰ, ਹੈ ਨਾ? ਉਹ ਸੁਣਾ ਦਿਓ ਕੋਈ ਐਸੀਆਂ ਨਹੀਂ ਕਹਾ ਮੈਨੂੰ ਤੱਕਿਆ ਗੱਲ ਮੇਰੇ ਵਸਤੀ ਰਹੀ। ਹਾਏ ਬੜਾ ਸੋਹਣਾ ਸੁਪਨਾ ਮੈਂ ਵੇਖਿਆ ਸੀ ਰਾਤੀ, ਵੇ ਤੇਰੇ ਸਿਰ ਸਿਹਰਾ ਤੇਰੇ ਯਾਰ ਸੀ ਬਰਾਤੀ, ਹਾਏ ਡੋਲੀ ਵਾਲੀ ਕਾਰ ਵਿੱਚ ਬੈਣੀ ਹੀ ਲੱਗੀ ਸੀ ਬਾਹੋਂ ਫੜ ਕੇ ਅੱਠੋਂ ਦਿਨਾਂ ਜੇ ਮਾਂ, ਹਾਏ ਫੁੱਲਾਂ ਵਾਲੀ ਗੱਡੀ ਪਿੱਛੇ ਦਿਲ ਜਾ ਬਣਾ ਕੇ ਉੱਤੇ ਲਿਖਿਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਂ। ਕੀ ਬਾਤ ਹੈ। ਸੋ ਮਾਤਾ ਜੀ, ਗੱਡੀ ਪਿੱਛੇ ਦਿਲ ਜਾ ਬਣਾ ਕੇ ਉੱਤੇ ਲਿਖਿਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਂ। ਰਾਈਟ। ਸੋ ਮਾਤਾ ਜੀ ਕਿਵੇਂ ਲੱਗਦਾ ਹੈ ਜਿਵੇਂ ਤੁਸੀਂ ਦੱਸਿਆ ਕਿ ਮੇਰੀ ਬੇਟੀ ਹੀ ਆ ਨਾ, ਸੋ ਬੇਟੀ ਇੰਨਾ ਪਿਆਰਾ ਗਾਉਂਦੀ ਆ ਔਰ ਲੋਕ ਵੀ ਪਿਆਰ ਕਰ ਰਹੇ ਨੇ ਦਰਸ਼ਕ, ਹੈ ਨਾ? ਸੋ ਕਿਵੇਂ ਕੀ ਕਹਿਣਾ ਚਾਹੋਗੇ ਇਸ ਪਿਆਰ ਲਈ? ਬਹੁਤ ਵਧੀਆ ਲੱਗੇ ਸਾਨੂੰ, ਬਹੁਤ ਅੱਛੀ ਲੱਗਦੀ ਹੈ ਇਹ, ਵਧੀਆ। ਇਸ ਤੋਂ ਜ਼ਿਆਦਾ ਹੀ ਚੜ੍ਹਾਈ ਕਰੇ ਪਰਮਾਤਮਾ, ਇਹਨੂੰ ਮਿਹਰ ਰੱਖੇ ਦੇ ਰੱਖੇ, ਸਾਡਾ ਅਸ਼ੀਰਵਾਦ ਦੇ ਨਾਲ ਹੀ ਹੈ। ਕੀ ਬਾਤ ਹੈ। ਸੋ ਬਹੁਤ ਚੰਗੀ ਗੱਲ ਹੈ ਦੋਸਤੋ, ਦੇਖੋ ਮਾਤਾ ਜੀ ਕਿਵੇਂ ਦੁਆਵਾਂ ਦੇ ਰਹੇ ਨੇ, ਹੈ ਨਾ? ਸੋ ਬਹੁਤ ਚੰਗੀ ਹੈ ਅਤੇ ਬਹੁਤ ਤਰੱਕੀਆਂ ਮਾਣੋਗੇ ਤੁਸੀਂ ਦੀ, ਹੈ ਨਾ? ਰਾਈਟ। ਸੋ ਇਹਦੇ ਚਾਹ ਵੀ ਬਣ ਰਹੀ ਆ, ਹੈ ਨਾ? ਰਾਈਟ। ਸੋ ਮੈਂ ਨਾ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ, ਹੈ ਨਾ? ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਕਿ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਆ, ਹੈ ਨਾ, ਉਹ ਇੱਕਦਮ ਆਪਣੇ ਹਸਬੈਂਡ ਨੂੰ ਕਹਿ ਨਹੀਂ ਪਾਉਂਦੀਆਂ ਸ਼ੋਪਿੰਗ ਲਈ, ਤੁਸੀਂ ਕਿਵੇਂ ਕਹਿੰਦੇ ਹੋ ਸ਼ੋਪਿੰਗ ਲਈ? ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਮੈਨੂੰ ਲੋੜ ਹੀ ਨਹੀਂ ਪੈਂਦੀ ਕਹਿਣ ਦੀ ਭਾਜੀ, ਮੈਂ ਬਹੁਤ ਘੱਟ ਕਹਿੰਦੀ ਹਾਂ ਵੀ ਮੈਨੂੰ ਆਹ ਚੀਜ਼ ਚਾਹੀਦੀ ਆ, ਮੈਨੂੰ ਕਹਿਣ ਤੋਂ ਪਹਿਲਾਂ ਹੀ ਚੀਜ਼ ਮਿਲ ਜਾਂਦੀ। ਕੀ ਬਾਤ ਹੈ, ਕੀ ਬਾਤ ਹੈ। ਮੇਰੇ ਸੂਟਾਂ ਦੀ ਸਿਲੈਕਸ਼ਨ, ਹੈ ਨਾ, ਸੌਂਗ ਦੀ ਸਿਲੈਕਸ਼ਨ, ਸੂਟਾਂ ਦੀ ਸਿਲੈਕਸ਼ਨ, ਇਵਨ ਕਿ ਜੁੱਤੀਆਂ ਦੀ ਸਿਲੈਕਸ਼ਨ ਵੀ ਇਹੀ ਕਰਦੇ ਆ। ਕੀ ਬਾਤ ਹੈ। ਹਾਂ ਭਾਜੀ, ਨਹੀਂ ਜੀ, ਤੇ ਮੇਰੀ ਚੋਇਸ ਬਹੁਤ ਵਧੀਆ, ਮੈਨੂੰ ਪਤਾ, ਮੈਨੂੰ ਲੱਗਦਾ ਜਾਂ ਹੈਗਾ, ਬਟ ਚੋਇਸ ਸਾਰੀ ਜ਼ਿਆਦਾ ਕਰ ਮੇਰੀ ਹੁੰਦੀ ਆ। ਅੱਛਾ ਦੀ, ਜਿਵੇਂ ਨਾ ਭਾਜੀ ਬਹੁਤ ਸਾਊ ਲੱਗਦੇ ਆ, ਹੈ ਨਾ, ਐਕਚੁਅਲ 'ਚ ਹੈਗੇ ਆ? ਇਹ ਤਾਂ ਵਹਿਮ ਹੈ ਦੇਖੋ ਤੁਹਾਡਾ, ਇੰਟਰਵਿਊ ਦੇਖਣਾ ਪੈਣਾ ਹੈ, ਔਰ ਇੰਟਰਵਿਊ ਫੇਮਸ ਪੰਜਾਬ ਟੀਵੀ ਤੇ ਹੀ ਆਉਣਾ, ਹੈ ਨਾ? ਤੁਸੀਂ ਵੀ ਕਹਿ ਦਿਓ, ਦੇਖਿਓ ਸਾਡੀ ਇੰਟਰਵਿਊ ਜ਼ਰੂਰ, ਫਸਟ ਇੰਟਰਵਿਊ ਬਾਪੂ ਜੀ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਠੀਕ ਹੈ, ਥੈਂਕ ਯੂ ਸੋ ਮਚ ਮਾਤਾ ਜੀ, ਠੀਕ ਹੈ ਜੀ।